ਮੰਨ ਲਓ ਕਿ ਐਸ ਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾੜੇ ਅੰਸਰ ਹੈਗੇ ਆ, ਉਸ ਵਿੱਚ DSPD ਸ੍ਰੀ ਬਲਕਾਰ ਜੀ ਤੇ ਸੀ ਇੰਚਾਰਜ ਸ੍ਰੀ ਮੋਹਿਤ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ 32 ਬੋਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9 mm ਦਾ ਨਾਲ ਜਿੰਦਾ ਰੌਂਦ ਵੀ ਸੀ, ਉਹਦੇ ਨਾਲ ਜਿਹੜੇ ਹੈਗੇ ਚਾਰ ਮਾੜੇ ਅੰਸਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਨਾਮ ਹੈਗੇ ਸੁਖਪ੍ਰੀਤ, ਇਕਬਾਲ, ਮੇਵਾ ਤੇ ਲਵਪ੍ਰੀਤ। ਇਹਨਾਂ ਤੇ ਪਹਿਲੇ ਵੀ ਵਾਵਾ ਸਿਕਸ਼ਨਾਂ ਵਿੱਚ ਪਹਿਲੇ ਵੀ ਇਹਨਾਂ ਤੇ ਅਡਟ ਪਰਚੇ ਦਰਜ ਨੇ। ਨਾਲ ਇਸੇ ਸਾਲ ਇੱਕ 88/24 ਮਖੂ ਦਾ ਮੁਕਦਮਾ ਸੀਗਾ 307 ਜਾਂ 109 BNSS ਦਾ, ਉਹ ਵੀ ਇਹਨਾਂ ਤੇ ਦਰਜ ਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਬਾਈ ਥਾਣੇ ਵਿੱਚ ਮੁਕੱਦਮਾ ਨੰਬਰ 42-25 ਆਰਮਸ ਐਕਟ ਦੇ ਤਹਿਤ ਦਰਜ ਕੀਤਾ ਗਿਆ। ਹੁਣ ਤਫਤੀਸ਼ ਹੋ ਰਹੀ ਹੈ, ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ। ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹੇ ਸੀ? ਸਰ ਕਿੱਥੋਂ ਰਹਿਣ ਵਾਲੇ ਸਰ? ਆ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛੀਆ ਵਾਲਾ ਦਾ, ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ ਥਾਣਾ ਸਦਰ ਜ਼ਿਲ੍ਹਾ ਦਾ, ਜਿਹੜਾ ਮੇਵਾ ਸਿੰਘ ਹੈ ਉਹ ਮੱਕੂ ਰੋਡ ਜੀਰਾ ਥਾਣਾ ਸਿਟੀ ਜੀਰਾ ਦਾ, ਜਿਹੜਾ ਲਵਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛੀਆ ਵਾਲੀ ਜੀਰਾ ਦਾ ਰਹਿਣ ਵਾਲਾ। ਇਹ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ? ਇਹ ਤਾਂ ਦੇਖੋ ਹੁਣ ਪੁਲਿਸ ਰਿਮਾਂਡ ਦਿੱਤਾ ਗਿਆ, ਹੁਣ ਤਫਤੀਸ਼ ਚੱਲ ਰਹੀ ਹੈ, ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ, ਫਿਰ ਤੁਹਾਨੂੰ ਜਿਹੜਾ ਹੈਗਾ ਅਸੀਂ ਦੱਸਾਂਗੇ। ਸਰ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹੋ? ਇਹਨਾਂ ਤੋਂ ਪਹਿਲੇ ਵੀ ਵਾਵਾ ਮੁਕੱਦਮੇ ਦਰਜ ਹੈ, ਜਿਹੜਾ ਸੁਖਪ੍ਰੀਤ ਹੈ ਉਸ ਤੇ ਪਹਿਲੇ 6 ਮੁਕੱਦਮੇ ਦਰਜ ਹੈ, NDPS ਦੇ ਵੀ, ਖੋ ਦੇ ਵੀ ਤੇ 307 ਦੇ ਵੀ। ਜਿਹੜਾ ਇਕਬਾਲ ਹੈ ਉਸ ਤੇ ਪਹਿਲਾਂ 2 ਮੁਕੱਦਮਾ ਦਰਜ ਹੈ, NDPS ਦਾ ਤੇ 307 ਦਾ। ਸਰ ਹਾਂਜੀ ਸਰ, ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਉਂਦੇ ਸੀਗੇ, ਔਰ ਇਸ ਵੈਪਨਾਂ ਨਾਲ ਕੀ ਵਾਰਦਾਤ ਜਿਹੜੀ ਆ ਉਹ ਹੋਣੀ ਸੀਗੀ, ਇਸ ਦੇ ਬਾਰੇ ਪਤਾ ਲੱਗ? ਹਾਂਜੀ ਤਫਤੀਸ਼ ਵੀ ਚੱਲ ਰਹੀ ਹੈ, ਪੁਲਿਸ ਰਿਮਾਂਡ ਲਿੱਤਾ ਗਿਆ, ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬਟ ਜਿਹੜੇ ਹੈਗੇ ਵੈਪਨ ਹੈ ਉਹ ਨਾਜਾਇਜ਼ ਨੇ, 32 ਬੋਰ ਦੇ 2 ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੇਡ ਇਨ ਲੱਗਦਾ ਹੈ, ਜੋ ਇੰਪੋਰਟਡ ਜਿਹਾ ਲੱਗਦਾ ਹੈ। ਇਹਦੀ ਪੂਰੀ ਡੂੰਘਾਈ ਨਾਲ ਤਫਤੀਸ਼ ਚੱਲ ਰਹੀ ਹੈ, ਇਹ ਇੰਪੋਰਟਡ ਵੈਪਨ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਕਿਹੜੀ ਵਾਰਦਾਤ ਦੇ ਨਾਲ? ਇਹਨਾਂ ਦੇ ਮਗਰ ਕੌਣ ਹੈਗਾ ਜੀ, ਇਸ ਦੇ ਬਾਰੇ ਪਤਾ ਲੱਗ ਪਾ ਰਿਹਾ ਹੈਗਾ ਕਿ ਇਹਨਾਂ ਦੇ ਮਗਰ ਕਿੰਦਾ ਚੱਲ ਰਿਹਾ ਦਿਮਾਗ ਜਾਂ ਇਹ ਮੇਨ ਹੈਗੇ ਨੇ? ਹੁਣ ਡੂੰਘਾਈ ਨਾਲ ਪੁੱਛਗਿੱਛ ਚੱਲ ਰਹੀ ਹੈ, ਅਸੀਂ ਆਹ ਵੀ ਪਰਦਾਫਾਸ਼ ਕਰਾਂਗੇ ਕਿ ਇਹ ਇਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮਾਈਂਡ ਸੀ ਇਹਦੇ ਪਿੱਛੇ। ਇਹ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਊ। ਸਰ ਵੈਪਨ ਤੋਂ ਬਗੈਰ ਹੋਰ ਵੀ ਕੁਝ ਬਰਾਮਦ ਹੋਇਆ? ਵੈਪਨ ਕੇ ਇਲਾਵਾ ਜਿਹੜਾ ਹੈਗਾ ਇੱਕ ਕਾਰ I-20 ਬਰਾਮਦ ਹੋਈ ਹੈ, ਨਾਲ ਜਿੰਦਾ ਰੌਂਦ ਵੀ ਬਰਾਮਦ ਹੋਈ। ਕਿੰਨੇ ਦੋਸ਼ੀ ਪੜੇ ਸਰ? ਟੋਟਲ 4 ਦੋਸ਼ੀ।